ਅੱਜ ਲੁਧਿਆਣੇ ਦੇ ਵਿੱਚ ਜੋ ਇਹ ਕਾਤਿਲਾਨਾ ਹਮਲਾ ਸ਼ਿਵ ਸੈਨਾ ਪੰਜਾਬ ਦੇ ਲੀਡਰ ਗੋਰਾ ਥਾਪਰ ਜੀ ਉੱਪਰ ਹੋਇਆ ਵਾ, ਉਹਦੀ ਆਪਾਂ ਕੜੀ ਨਿੰਦਾ ਕਰਦੇ ਹਾਂ ਅਤੇ ਨਿਖੇਧੀ ਕਰਦੇ ਹਾਂ ਕਿ ਇਹ ਬਹੁਤ ਹੀ ਉਹਨਾਂ ਦੇ ਉੱਪਰ ਜਾਨਲੇਵਾ ਹਮਲਾ ਜੋ ਕੀਤਾ ਗਿਆ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ, ਇਹ ਬੜਾ ਗਲਤ ਕੰਮ ਹੋਇਆ ਵਾ। ਮੈਂ ਪੁਲਿਸ ਪ੍ਰਸ਼ਾਸਨ ਅੱਗੇ ਅਪੀਲ ਕਰਦਾ ਕਿ ਜਲਦੀ ਤੋਂ ਜਲਦੀ ਉਹਨਾਂ ਨੂੰ ਬੰਦਿਆਂ ਨੂੰ ਫੜ ਕੇ ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਪੰਜਾਬ ਦੇ ਵਿੱਚ ਆਏ ਦਿਨ ਹਿੰਦੂਆਂ 'ਤੇ ਟਾਰਗੇਟ ਕੀਤਾ ਜਾ ਰਿਹਾ ਵਾ। ਮੈਂ ਸੈਂਟਰ ਦੀਆਂ ਏਜੰਸੀਆਂ ਨੂੰ ਵੀ ਬੇਨਤੀ ਕਰਾਂਗਾ ਕਿ ਪੰਜਾਬ ਦੇ ਉੱਪਰ ਆਪਣੇ ਥੋੜ੍ਹੀ ਦ੍ਰਿਸ਼ਟੀ ਪਾਉਣ ਕਿ ਇਹ ਕਿਉਂ ਆਏ ਦਿਨ ਪੰਜਾਬ ਦੇ ਵਿੱਚ ਹਿੰਦੂਆਂ 'ਤੇ ਹਮਲੇ ਹੋ ਰਹੇ ਨੇ। ਅੱਜ ਸ਼ਿਵ ਸੈਨਾ ਪੰਜਾਬ ਦੇ ਜਿਹੜੇ ਸੀਨੀਅਰ ਟਕਸਾਲੀ ਨੇਤਾ ਸੰਦੀਪ ਥਾਪਰ ਜੀ ਨੇ ਉਹਨਾਂ ਦੇ ਉੱਤੇ ਕੁਝ ਅਨਸਰਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਬੜੀ ਦੁਖਦਾਈ ਘਟਨਾ ਹੈ। ਸ਼ਿਵ ਸੈਨਾ ਪੰਜਾਬ ਇਸ ਗੱਲ ਦੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੀ ਆ। ਸਾਰਿਆਂ ਨਾਲੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਇਹ ਸੰਦੇਸ਼ ਦੇਣਾ ਚਾਹਾਂਗਾ ਕਿ ਇੱਕ ਨਿਹੱਥਾ ਬੰਦਾ ਜਿਹੜਾ ਆਪਣੇ ਧਿਆਨ ਦੇ ਨਾਲ ਆਪਣੀ ਐਕਟਿਵਾ 'ਤੇ ਜਾ ਰਿਹਾ ਸੀ ਅਤੇ ਤੁਸੀਂ ਚਾਰ ਲੋਕਾਂ ਨੇ ਆ ਕੇ ਹਥਿਆਰਾਂ ਸਮੇਤ ਉਹਨੂੰ ਘੇਰ ਲਿਆ, ਉਹਦੇ 'ਤੇ ਵਾਰ ਕੀਤੇ। ਇਹ ਕਿੱਥੋਂ ਦੀ ਦਲੇਰੀ ਆ ਅਤੇ ਕਿੱਥੋਂ ਦੀ ਬਹਾਦਰੀ ਆ? ਇਹ ਕਾਇਰਤਾ ਦਾ ਸਬੂਤ ਆ। ਅਸੀਂ ਇਸ ਚੀਜ਼ ਨੂੰ ਦਲੇਰੀ ਨਹੀਂ ਮੰਨਦੇ ਕਿ ਇੱਕ ਜਾਣੇ ਨੂੰ ਹਥਿਆਰਾਂ ਦੇ ਨਾਲ ਘੇਰ ਕੇ ਅਤੇ ਉਹਨੂੰ ਸੁੱਟ ਕੇ ਅਤੇ ਉਹਨੂੰ ਸੱਟਾ ਲਾ ਕੇ ਅਸੀਂ ਉੱਥੋਂ ਨੱਠ ਜਾਈਏ। ਇਹ ਕੋਈ ਦਲੇਰੀ ਵਾਲਾ ਕੰਮ ਨਹੀਂ ਆ। ਜੇ ਉਹਦੇ ਨਾਲ ਲੜਨਾ ਸੀ ਉਹਨੂੰ ਦੱਸ ਕੇ ਆਉਂਦੇ, ਉਹਨੂੰ ਟਾਈਮ ਦੇ ਕੇ ਆਉਂਦੇ, ਫਿਰ ਤਾਂ ਮਜ਼ੇ ਵਾਲੀ ਗੱਲ ਸੀ। ਪਿੱਛੋਂ ਜਾਂਦੇ ਬੰਦੇ 'ਤੇ ਹਮਲਾ ਕਰਨਾ ਅਤੇ ਹਥਿਆਰਾਂ ਨਾਲ ਮਾਰਨਾ, ਇਹ ਕਾਇਰਤਾ ਦਾ ਜਿਹੜਾ ਸਬੂਤ ਹੈ। ਪੰਜਾਬ ਪੁਲਿਸ ਦਾ ਜਿਹੜਾ ਇਹ ਕਾਰਨਾਮਾ ਹੈ, ਇਹ ਅੱਜ ਪਹਿਲੀ ਵਾਰ ਵੇਖਣ ਨੂੰ ਨਹੀਂ ਮਿਲਿਆ। ਇਸ ਤੋਂ ਪਹਿਲਾਂ ਵੀ ਜਦੋਂ ਹਿੰਦੂ ਨੇਤਾਵਾਂ ਦੇ ਕਤਲ ਕੀਤੇ ਗਏ, ਸ਼ੇਰੇਨ ਸੁਧੀਰ ਸੂਰੀ ਜਿਹੜੇ ਹਿੰਦੂ ਸਮਰਾਟ ਸੀ, ਜਦੋਂ ਉਹਨੂੰ ਵੀ ਮਾਰਿਆ ਗਿਆ ਅਤੇ ਉਹਦੇ ਨਾਲ ਸੁਧੀਰ ਸੂਰੀ ਜੀ ਦੇ ਨਾਲ 12 ਤੋਂ 13 ਜਿਹੜੇ ਸੁਰੱਖਿਆ ਕਰਮੀ ਮੌਜੂਦ ਸੀ, ਪਰ ਕਿਸੇ ਨੇ ਗੋਲੀ ਚਲਾਉਣ ਦੀ ਹਿੰਮਤ ਨਹੀਂ ਕੀਤੀ ਅਤੇ ਨਾ ਹੀ ਗੋਲੀ ਚਲਾਈ। ਅੱਜ ਵੀ ਉਹੀ ਹਾਲਾਤ ਨੇ। ਸੁਰੱਖਿਆ ਕਰਮੀ ਰਮਾਨ ਨਾਲ ਉੱਤਰ ਕੇ ਇੱਕ ਸਾਈਡ 'ਤੇ ਚਲਾ ਗਿਆ ਅਤੇ ਜਦੋਂ ਥਾਪਰ ਜੀ ਦੀ ਸਕੂਟਰੀ ਲੈ ਕੇ ਉੱਥੋਂ ਚਲੇ ਗਏ ਅਤੇ ਉਸ ਤੋਂ ਬਾਅਦ ਉਹ ਹੱਥ ਦੇ ਵਿੱਚ ਪਿਸਟਲ ਲੈ ਕੇ ਸੜਕ 'ਤੇ ਤੁਰਿਆ ਜਾ ਰਿਹਾ। ਸਾਨੂੰ ਤਾਂ ਇਸ ਗੱਲ ਦਾ ਸੰਦੇਹ ਹੈ ਕਿ ਪੰਜਾਬ ਪੁਲਿਸ ਜਿਹੜੀ ਹਿੰਦੂਆਂ ਨੂੰ ਸੁਰੱਖਿਆ ਦਿੰਦੀ ਆ, ਇਹ ਸਿਰਫ ਇੱਕ ਖਿਡੌਣੇ ਦੇ ਰੂਪ ਦੇ ਵਿੱਚ ਆ। ਜਾਂ ਤਾਂ ਇਹਨਾਂ ਨੂੰ ਗੋਲੀ ਚਲਾਉਣ ਦੇ ਹੁਕਮ ਨਹੀਂ ਆ ਅਤੇ ਜਾਂ ਸਰਕਾਰਾਂ ਨੇ ਇਹਨਾਂ ਦੇ ਹੱਥ ਜਿਹੜੇ ਆ ਉਹ ਬੰਨੇ ਹੋਏ ਆ। ਅੱਜ ਦੇ ਇਸ ਘਟਨਾਕ੍ਰਮ ਤੋਂ ਬਾਅਦ ਸ਼ਿਵ ਸੈਨਾ ਪੰਜਾਬ ਦੀ ਸਮੁੱਚੀ ਜਿਹੜੀ ਆ ਲੀਡਰਸ਼ਿਪ ਅਤੇ ਹੋਰ ਜਿਹੜੀਆਂ ਸੰਸਥਾਵਾਂ ਨੇ, ਹਿੰਦੂ ਜਿਹੜੀਆਂ ਸੰਸਥਾਵਾਂ ਸੀ, ਹੋਰ ਜਿਹੜੀਆਂ ਸ਼ਿਵ ਸੈਨਾ ਸੀ, ਉਹ ਪੂਰਨ ਰੂਪ ਦੇ ਵਿੱਚ ਉੱਥੇ ਲੁਧਿਆਣਾ ਦੇ DMC ਹੋਸਪਿਟਲ ਦੇ ਵਿੱਚ ਇਕੱਠੀਆਂ ਹੋਈਆਂ। ਸਾਰਿਆਂ ਦੇ ਕੌਮੀ ਪ੍ਰਧਾਨ ਅਤੇ ਜਿਹੜੇ ਜਿਹੜੇ ਵੀ ਲੀਡਰ ਸੀ ਉੱਥੇ ਇਕੱਠੇ ਹੋਏ। ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਕੱਲ੍ਹ ਜਿਹੜਾ ਲੁਧਿਆਣਾ ਬੰਦ ਦੀ ਕਾਲ ਦਿੱਤੀ ਜਾਏਗੀ। ਅਗਰ ਉਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਸਾਰੇ ਸੰਗਠਨਾਂ ਦੇ ਨਾਲ ਰਲ ਕੇ ਸਾਰਿਆਂ ਦੀ ਸਲਾਹ ਦੇ ਨਾਲ ਪੰਜਾਬ ਬੰਦ ਦੀ ਜਿਹੜੀ ਕਾਲ ਆ ਉਹ ਦਿੱਤੀ ਜਾਏਗੀ ਅਤੇ ਪੰਜਾਬ ਨੂੰ ਪੂਰਨ ਰੂਪ ਦੇ ਵਿੱਚ ਜਿਹੜਾ ਬੰਦ ਕਰਵਾਇਆ ਜਾਏਗਾ।